ਬਹੁਤ ਹੀ ਸਤਿਕਾਰ ਜੋ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਆ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤਕਰੀਬਨ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦਾ ਇੱਕ ਨਵਾਂ ਗੀਤ ਆਇਆ ਹੈ ਦਰਸ ਇੱਕ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਦੀ ਲੋਕ ਮਾਨਸਿਕਤਾ ਹੈ ਕਹਿ ਸਕਦੇ ਹਾਂ ਕਿ ਉਹਦਾ ਗੁਰਦਾਸ ਮਾਨ ਦੇ ਨਾਲੋਂ ਵੱਡੇ ਪੱਧਰ ਦੇ ਉੱਪਰ ਮੋਹ ਪੰਗ ਹੋ ਚੁੱਕਾ ਸੀ ਜਿਸ ਦਾ ਕਾਰਨ ਸੀ ਕਿ ਕੈਨੇਡਾ ਦੇ ਇੱਕ ਆਪਣੀ ਫੇਰੀ ਦੇ ਦੌਰਾਨ ਉਸ ਨੇ ਇੱਕ ਰੇਡੀਓ ਸ਼ੋਅ ਦੇ ਉੱਪਰ ਉਸ ਰੇਡੀਓ ਹੋਸਟ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਸੀ ਕਿ ਜਿਹੜੀ ਸਾਡੀ ਮਾਂ ਬੋਲੀ ਹੈ ਜਾਂ ਕਹਿ ਸਕਦੇ ਹੋ ਕਿ ਸਾਡੀ ਜਿਹੜੀ ਪ੍ਰਮੁੱਖ ਭਾਸ਼ਾ ਹੈ ਉਹ ਹਿੰਦੀ ਹੈ ਤੇ ਪੰਜਾਬੀ ਨੂੰ ਉਸ ਨੇ ਆਪਣੀ ਕਹਿ ਸਕਦੇ ਹੋ ਕਿ ਲੱਛੇਦਾਰ ਜੀ ਭਾਸ਼ਾ ਦੇ ਵਿੱਚ ਸੋ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਜਾਗਰੂਕਤ ਮਾਨਸਿਕਤਾ ਸੀ ਉਹਦੇ ਵਿੱਚ ਇਸ ਗੱਲ ਨੂੰ ਲੈ ਕੇ ਬੜਾ ਰੋਸ ਵੀ ਸੀ ਬੜਾ ਰੋਹ ਵੀ ਸੀ ਤੇ ਕਹਿ ਸਕਦੇ ਹਾਂ ਕਿ ਇੱਕ ਪੰਜਾਬੀ ਲੋਕ ਗਾਇਕ ਦੇ ਵੱਲੋਂ ਜਿਸ ਨੇ ساری ਉਮਰ ਇਸ ਬੋਲੀ ਦਾ ਦਿੱਤਾ ਖਾਦਾ ਹੋਵੇ ਜਦੋਂ ਉਹਦੇ ਵੱਲੋਂ ਇਸ ਮਾਂ ਬੋਲੀ ਦੇ ਵਾਸਤੇ ਇਸ ਤਰ੍ਹਾਂ ਦਾ ਇੱਕ ਮਤਰਈ ਮਾਂ ਵਰਗਾ ਕਹਿ ਸਕਦੇ ਹੋ ਕਿ ਵਤੀਰਾ ਜਿਹੜਾ ਸੀਗਾ ਉਹ ਕੀਤਾ ਗਿਆ ਕਿ ਜਿਸ ਤਰ੍ਹਾਂ ਅਕਸਰ ਮਤਰਈ ਮਾਂ ਦੇ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਜਾਗਰੂਕ ਸਿੱਖ ਮਾਨਸਿਕਤਾ ਸੀ ਉਹਨਾਂ ਦੇ ਹਿਰਦਿਆਂ ਨੂੰ ਠੇਸ ਜ਼ਰੂਰ ਪਹੁੰਚੀ ਸੋ ਉਸ ਵੇਲੇ ਵੀ ਜਿਹੜੇ ਜਾਗਰੂਕ ਸਿੱਖ ਸੀ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਰੋਧ ਵੀ ਜਤਾਇਆ ਪਰ ਹੁਣ ਜਿਹੜੀ ਇਸ ਦੀ ਨਵੀਂ ਗਾਣੇ ਦੀ ਵੀਡੀਓ ਆਈ ਹੈ ਜਿਸ ਦੇ ਵਿੱਚ ਕਹਿ ਸਕਦੇ ਹਾਂ ਕਿ ਗਾਇਕੀ ਤਾਂ ਘੱਟ ਹੈ ਪਰ ਉਸ ਸਾਰੇ ਪ੍ਰਕਰਣ ਦੇ ਵਿੱਚ ਇੱਕ ਤਾਂ ਆਮ ਲੋਕਾਂ ਦੀ इमोशनल ਬਲੈਕਮੇਲਿੰਗ ਦਾ ਯਤਨ ਕੀਤਾ ਗਿਆ ਹੈ। ਦੂਜੀ ਉਹ ਪ੍ਰੋਵੋਕਿੰਗ ਵੀ ਹੈ ਕਿਤੇ ਨਾ ਕਿਤੇ ਕਿ ਉਕਸਾਇਆ ਜਾ ਰਿਹਾ ਹੈ ਕਿਤੇ ਨਾ ਕਿਤੇ ਇੱਕ ਖਾਸ ਕਹਿ ਸਕਦੇ ਹੋ ਕਿ ਖਾਸ ਕਰਕੇ ਪੰਜਾਬ ਦੇ ਨਾਲ ਜੁੜੀ ਹੋਈ ਸਿੱਖ ਮਾਨਸਿਕਤਾ ਜਿਹੜੀ ਹੈ ਉਸ ਨੂੰ ਉਕਸਾਇਆ ਜਾ ਰਿਹਾ ਹੈ ਤੇ ਤੀਸਰੀ ਗੱਲ ਹੈ ਕਿ ਜਿੱਥੇ ਆਪਣੇ ਆਪ ਦਾ ਆਪੇ ਹੀ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ ਕਿ ਮੈਨੂੰ ਗਾਲ ਕੱਢਣੀ ਪਈ ਜੇ ਮੈਂ ਉਸ ਦਾ ਉਸ ਦੇ ਕਾਵ ਰੂਪ ਦਾ ਵਾਰ ਤਕਸ਼ ਕਰਕੇ ਦੱਸਾਂ ਤੁਹਾਨੂੰ ਤਾਂ ਇਹ ਬਲਦਾ ਹੈ ਕਿ ਮੈਨੂੰ ਗਾਲ ਕੱਢੀ ਗਈ ਤੇ ਮੈਨੂੰ ਉਹਦੇ ਬਦਲੇ ਦੇ ਵਿੱਚ ਜਿਹੜੀ ਗਾਲ ਉਹ ਕੱਢਣੀ ਪਈ ਜਦੋਂ ਕਿ ਇਹ ਗੱਲ ਬਿਲਕੁਲ ਝੂਠ ਹੈ ਪਹਿਲੀ ਗੱਲ ਤਾਂ ਗੁਰਦਾਸ ਮਾਨ ਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਜਿਸ ਜਾਗਰੂਕ ਮਾਨਸਿਕਤਾ ਨੇ ਉਸ ਦੀ ਇਸ ਗੱਲ ਦਾ ਵਿਰੋਧ ਕੀਤਾ ਉਹ ਕਿਤੇ ਨਾ ਕਿਤੇ ਮਾਂ ਬੋਲੀ ਦੇ ਹਮਦਰਦ ਸੀ ਉਸੇ ਮਾਂ ਬੋਲੀ ਦੇ ਹਮਦਰਦ ਸੀ ਜਿਸ ਮਾਂ ਬੋਲੀ ਦਾ ਦਿੱਤਾ ਗੁਰਦਾਸ ਮਾਨ ਨੇ ਲੰਬਾ ਸਮਾਂ ਖਾਧਾ ਦੂਸਰੀ ਗੱਲ ਜਿਸ ਨੌਜਵਾਨ ਪੰਥਕ ਵੀਰ ਦੇ ਬਾਰੇ ਗੁਰਦਾਸ ਮਾਨ ਨੇ ਇਹ ਸ਼ਬਦ ਵਰਤੇ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਸਟੇਜ ਦੇ ਉੱਪਰੋਂ ਇੰਨੇ ਵੱਡੇ ਗਾਇਕ ਨੂੰ ਰੋਹ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਗਾਲ ਨਹੀਂ ਸੀ ਕੱਢਣੀ ਚਾਹੀਦੀ ਸੋ ਉਸ ਵੀਰ ਬਾਰੇ ਵੀ ਇਸ ਨੂੰ ਪਤਾ ਹੋਣਾ ਜ਼ਰੂਰੀ ਸੀ ਕਿ ਉਸ ਦਾ ਨਾਮ ਚਰਨਜੀਤ ਸਿੰਘ ਸੁਝੋ ਹੈ ਤੇ ਬੜੇ ਲੰਬੇ ਸਮੇਂ ਦੇ ਨਾਲ ਉਹ ਪੰਥਕ ਵਿਚਾਰਧਾਰਕ ਸੰਘਰਸ਼ ਦੇ ਨਾਲ ਜੁੜਿਆ ਹੋਇਆ ਵੀਰ ਹੈ ਔਰ ਜਿੰਨਾ ਸਮਿਆਂ ਦੇ ਵਿੱਚ ਪੂਲੇ ਦੇ ਖਿਲਾਫ ਕੋਈ ਖੜਾ ਹੋਣ ਨੂੰ ਤਿਆਰ ਨਹੀਂ ਸੀ ਤੇ ਉਹ ਵੀਰ ਹਰ ਤਰੀਕ ਦੇ ਉੱਪਰ ਨਿਹੰਗ ਸਿੰਘਾਂ ਦੇ ਨਾਲ ਜਾਂ ਜਿਹੜੀ ਤਰੀਕ ਦੇ ਉੱਪਰ ਅਸੀਂ ਵੀ ਕਿਤੇ ਨਾ ਕਿਤੇ ਗਾਇਬ ਗਾਇ ਹਾਜ਼ਰੀ ਲਵਾਉਂਦੇ ਸੀ ਉਹ ਜਾਇਆ ਕਰਦਾ ਸੀ ਦੂਸਰੀ ਗੱਲ ਉਸ ਵੀਰ ਨੇ ਬਕਾਇਦਾ ਤੌਰ ਦੇ ਉੱਪਰ ਜਿਸ ਵੇਲੇ ਪੰਥਕ ਜਥੇਬੰਦੀਆਂ ਦਾ ਇੱਕ ਸਾਂਝਾ ਪ੍ਰੋਗਰਾਮ ਬਣਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਦਲ ਦੇ ਕੋਲੋਂ ਮੁਕਤ ਕਰਾਇਆ ਜਾਵੇ ਉਸ ਵੇਲੇ ਉਸ ਵੀਰ ਨੇ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵੀ ਲੜੀ ਸੀ ਤੀਸਰੀ ਗੱਲ ਬਹੁਤ ਸਾਰੇ ਪੁਲਿਸ ਕੇਸ ਜਿਹੜੇ ਨੇ ਉਹ ਵੀ ਉਸ ਵੀਰ ਨੇ ਝੱਲੇ ਸੀ ਤੇ ਉਸ ਨੇ ਕੋਈ ਅਸ਼ਲੀਲ ਸ਼ਬਦਾਵਲੀ ਤਾਂ ਵਰਤੀ ਨਹੀਂ ਸੀ ਆਪਣਾ ਇੱਕ ਵਿਰੋਧ ਪ੍ਰਗਟ ਕੀਤਾ ਸੀ ਕਿ ਇਹ ਮਾਂ ਬੋਲੀ ਦਾ ਗਦਾਰ ਹੈ ਔਰ ਜਿਸ ਤਰ੍ਹਾਂ ਦੇ ਨਾਲ ਪੇਸ਼ਕਾਰੀ ਕੀਤੀ ਗਈ ਇਸ ਗੀਤ ਦੇ ਵਿੱਚ ਜਿਸ ਤਰ੍ਹਾਂ ਇਹ ਦੱਸਣ ਦਾ ਯਤਨ ਕੀਤਾ ਗਿਆ ਕਿ ਮੈਨੂੰ ਗਾਲ ਕੱਢੀ ਗਈ ਤੇ ਮੇਰੇ ਖਿਆਲ ਦੇ ਨਾਲ ਕਿਸੇ ਨੇ ਵੀ ਗਾਲ ਨਹੀਂ ਕੱਢੀ ਹਾਂ ਇੰਨਾ ਜ਼ਰੂਰ ਹੈ ਇਹਦੇ ਵੱਲੋਂ ਅਪਸ਼ਬਦਾਵਲੀ ਵਰਤਣ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਕਿਤੇ ਨਾ ਕਿਤੇ ਐ ਕਹਿ ਸਕਦੇ ਹੋ ਕਿ ਉਕਸਾ ਜਿਸ ਤਰ੍ਹਾਂ ਉਕਸਾਇਆ ਗਿਆ ਨੌਜਵਾਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਤਨਾ ਕਿਤੇ ਇਹ ਵੇ ਦੀ ਸ਼ਬਦਾਵਲੀ ਜ਼ਰੂਰ ਵਰਤੀ ਹੈ ਮੀਡੀਆ ਦੇ ਵਿੱਚ ਪਰ ਮੀਡੀਆ ਦੇ ਵਿੱਚ ਕੋਈ ਕਿਸੇ ਦਾ ਮੂੰਹ ਨਹੀਂ ਫੜ ਸਕਦਾ ਪਰ ਇਹ ਕਹਿਣਾ ਕਿ ਪਹਿਲਾਂ ਮੈਨੂੰ ਗਾਲ ਕੱਢੀ ਗਈ ਮੈਂ ਬਾਅਦ ਦੇ ਵਿੱਚ ਗਾਲ ਕੱਢੀ ਗਈ ਇਹ ਗੱਲ ਤਾਂ ਬਿਲਕੁਲ ਗਲਤ ਹੈ ਔਰ ਇਹ ਜਿਹੜੀ ਸਾਰੀ ਵੀਡੀਓ ਗਾਣੇ ਦੇ ਰੂਪ ਵਿੱਚ ਵੀ ਕਹਿ ਸਕਦੇ ਹਾਂ ਤਾਂ ਇੱਕ ਛੋਟਾ ਜਿਹਾ ਨੂੰ ਕਹਿ ਸਕਦੇ ਨੇ ਕਿ ਇੱਕ ਡਾਕੂ ਡਰਾਮਾ ਜਿਹਾ ਬਣਾ ਦਿੱਤਾ ਗਿਆ ਜਿਹਦੇ ਵਿੱਚ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੇ ਵਾਸਤੇ ਜਿਸ ਤਰ੍ਹਾਂ ਦਾ ਉਹ ਵੀਡੀਓਗ੍ਰਾਫੀ ਦੇ ਵਿੱਚ ਜਿਸ ਪ੍ਰਕਰਣ ਨੂੰ ਵਰਤਿਆ ਗਿਆ ਉਸ ਨੂੰ ਤਾਂ ਵੇਖ ਕੇ ਜਿਹੜਾ ਇਹਦੇ ਵਿਰੋਧ ਦੇ ਵਿੱਚ ਨਹੀਂ ਵੀ ਹੈਗਾ ਕਿਤੇ ਨਾ ਕਿਤੇ ਉਹਦਾ ਮਨ ਜਿਹੜਾ ਉਹ ਵੀ ਕਿਤੇ ਨਾ ਕਿਤੇ ਰੋਹ ਦੇ ਨਾਲ ਭਰ ਜਾਂਦਾ ਹੈ ਕਿ ਇਹ ਕੀ ਕਹਿਣ ਦਾ ਤੇ ਪੰਜਾਬੀਆਂ ਨੂੰ ਕਿਸ ਤਰ੍ਹਾਂ ਦੇ ਨਾਲ ਮੂਰਖ ਰਮਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਦੂਸਰੀ ਗੱਲ ਕਿ ਜਾਗਰੂਕ ਵਰਗ ਜਿਹੜਾ ਸੀਗਾ ਉਹਨੇ ਇਸਤੀ ਇਸ ਗੱਲ ਦੀ ਵਿਰੋਧਤਾ ਕਿਉਂ ਕੀਤੀ ਇਸ ਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਸੀ ਵ੍ਰੋਧਤਾ ਇਸ ਕਰਕੇ ਕੀਤੀ ਕਿ ਜਿਹੜਾ ਜਾਗਰੂਕ ਵਰਗ ਇਹ ਸਮਝ ਚੁੱਕਾ ਹੈ ਕਿ ਨੇਸ਼ਨ ਸਟੇਟ ਦੀਆਂ ਨੀਤੀਆਂ ਦੇ ਅਧੀਨ ਜਾਂ ਤੁਸੀਂ ਕਹਿ ਸਕਦੇ ਹੋ ਕਿ ਖਾਸ ਜਾਤੀਵਾਦ ਦੇ ਜਾਂ ਸਵਰਨ ਜਾਤੀਵਾਦ ਦੇ ਰਾਸ਼ਟਰਵਾਦ ਦੇ ਸਦਕਾ ਜਿਹੜੀਆਂ ਸਥਾਨਿਕ ਸੱਭਿਆਚਾਰ ਤੇ ਉਹਨਾਂ ਦੀਆਂ ਪਛਾਵਾਂ ਤੇ ਉਸ ਸੱਭਿਆਚਾਰ ਦੇ ਜਿਹੜੇ ਅੰਸ਼ ਨੇ ਉਹ ਖਤਮ ਕੀਤੇ ਜਾ ਰਹੇ ਨੇ ਉੱਥੇ ਜਿਹੜਾ ਜਾਗਰੂਕ ਵਰਗ ਹੈ ਉਹ ਚਾਹੁੰਦਾ ਹੈ ਕਿ ਜੇਕਰ ਇਸ ਖਿੱਤੇ ਦੇ ਵਿੱਚ ਵੱਖ-ਵੱਖ ਸੱਭਿਆਚਾਰਾਂ ਨੂੰ ਜਿਉਂਦੇ ਰੱਖਣਾ ਤੇ ਉਹਨਾਂ ਸੱਭਿਆਚਾਰਾਂ ਦੀ ਬੋਲੀ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਮੂਲ ਕਾਰਨ ਤਾਂ ਇਹ ਸੀ ਕਿ ਜਿਹੜੇ ਲੋਕ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਸੀ। ਬੇਸ਼ੱਕ ਕਿ ਮਾਂ ਬੋਲੀ ਨਾਲ ਪਿਆਰ ਕਰਨ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਕਿਸੇ ਹੋਰ ਬੋਲੀ ਨੂੰ ਨਫ਼ਰਤ ਕਰਦੇ ਹਾਂ। ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਨੇਕਾਂ ਬੋਲੀਆਂ ਦੀ ਸਥਾਨਿਕ ਤੋਂ ਲੈ ਕੇ ਰਾਸ਼ਟਰੀ ਅੰਤਰਰਾਸ਼ਟਰੀ ਪੱਦਰ ਦੀਆਂ ਜਿਹੜੀਆਂ ਬੋਲੀਆਂ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਪਰ ਮੈਂ ਕਹਿੰਨਾ ਹੈ ਕਿ ਕੋਈ ਵੀ ਅੰਗਰੇਜ਼ੀ ਹੋਵੇ ਹਿੰਦੀ ਹੋਵੇ ਫਾਰਸੀ ਹੋਵੇ ਸਾਡਾ ਕਿਸੇ ਪਾਸ਼ਾ ਦੇ ਨਾਲ ਕੋਈ ਵਿਰੋਧ ਨਹੀਂ ਹੈ ਕਿਉਂਕਿ ਸਾਨੂੰ ਤਾਂ ਗੁਰਨਾਨਕ ਸਾਹਿਬ ਨੇ ਇੱਕ ਗੱਲ ਹੋਰ ਹੀ ਦੱਸਾਂ ਕਿ ਬੇਸ਼ੱਕ ਇਹ ਡੇਰਿਆਂ ਤੇ ਜਾਣ ਵਾਲੇ ਲੋਕ ਜਿਹੜੇ ਨੇ ਇਹ ਕਿਤੇ ਨਾ ਕਿਤੇ ਗੁਰਮਤ ਵਿਚਾਰਤਾਰਾ ਦਾ ਜਿਹੜਾ ਮੂਲ ਅੰਸ਼ ਉਹਦੇ ਤੋਂ ਬਹੁਤ ਦੂਰ ਨੇ ਗੁਰਨਾਨਕ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਸਾਰੀਆਂ ਹੀ ਉਸ ਵੇਲੇ ਦੀਆਂ ਪ੍ਰਚਲਿਤ ਬੋਲੀਆਂ ਦੀ ਵਰਤੋਂ ਕੀਤੀ ਹੈ ਪਰ ਇੱਕ ਗੱਲ ਦੀ ਖਾਸ ਤਕੀਦ ਕੀਤੀ ਹੈ ਕਿ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਅਵਰਤੁਮਾਰੀ ਦੂਜੀ ਗੱਲ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ ਸੋ ਇੰਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੇਸ਼ੱਕ ਅਸੀਂ ਕਿਸੇ ਵੀ ਪਾਸ਼ਾ ਦਾ ਕਿਸੇ ਧਰਮ ਦੇ ਨਾਲ ਜੋੜ ਕੇ ਵਿਰੋਧ ਨਹੀਂ ਕਰਦੇ ਪਰ ਜਿਹੜੀ ਸਾਡੀ ਮਾਂ ਬੋਲੀ ਹੈ ਉਹ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਗੁਰਮੁਖੀ ਲਿਪੀ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਉਹਦੇ ਤੋਂ ਬਾਅਦ ਚ ਸਾਨੂੰ ਦੁਨੀਆਂ ਦੀਆਂ ਬਾਕੀ ਪਛਾਵਾਂ ਨੇ ਉਹ ਚਾਹੇ ਅੰਗਰੇਜ਼ੀ ਹੋਵੇ ਚਾਹੇ ਹਿੰਦੀ ਹੋਵੇ ਤੇ ਚਾਹੇ ਫਾਰਸੀ ਹੋਵੇ ਤੇ ਇਸੇ ਵਰਤਾਰੇ ਦੇ ਨਾਲ ਸਾਂਝੀ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਵੀ ਕਰਦਾ ਜਿਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਸੀ ਉਸ ਵੇਲੇ ਗੁਰਦਾਸ ਮਾਨ ਨੇ ਉੱਥੇ ਹਾਜ਼ਰੀ ਲਵਾਉਣ ਦਾ ਪ੍ਰੋਗਰਾਮ ਬਣਾਇਆ ਬੇਸ਼ੱਕ ਤੁਸੀਂ ਸਾਰੇ ਜਾਣਦੇ ਹੋ ਵੀਡੀਓ ਮੀਡੀਆ ਦੇ ਵਿੱਚ ਆਈਆਂ ਕਿ ਇਸ ਦਾ ਵਿਰੋਧ ਹੋਇਆ ਉਸ ਵੇਲੇ ਬੀਰ ਸਿੰਘ ਸਾਡਾ ਛੋਟਾ ਵੀਰ ਪੰਜਾਬੀ ਗਾਇਕ ਉਸ ਵੇਲੇ ਮੇਰੇ ਨਾਲ ਸੀ ਤੇ ਤਕਰੀਬਨ ਅਸੀਂ ਇਕੱਠੇ ਵਿੱਚ ਰਏ ਸੀ ਤੇ ਗੁਰਦਾਸ ਮਾਨ ਦੇ ਬੇਟੇ ਦੇ ਬਹੁਤ ਸਾਰੇ ਫੋਨ ਮੈਂ ਕਹਿ ਸਕਦੇ ਹਾਂ ਕਿ ਗਿਣਤੀ ਦੇ ਵਿੱਚ ਨਹੀਂ ਗਿਨੇ ਜਾ ਸਕਦੇ ਫੋਨ ਆ ਰਹੇ ਸੀ ਕਿ ਮੇਰੇ ਪਿਤਾ ਜੀ ਉੱਥੇ ਹਾਜ਼ਰੀ ਲਵਾਉਣ ਆਉਣਾ ਚਾਹੁੰਦੇ ਨੇ ਤੇ ਵੀਰ ਸਿੰਘ ਨੇ ਮੇਰੇ ਹੁੰਦਿਆਂ ਫੋਨ ਦੇ ਉੱਪਰ ਬੜਾ ਸਪਸ਼ਟ ਜਵਾਬ ਦੇ ਦਿੱਤਾ ਕੇ ਲੋਕਾਂ ਦੇ ਮਨ ਦੇ ਵਿੱਚ ਤੁਹਾਡੇ ਪਿਤਾ ਦੇ ਵੱਲੋਂ ਪੰਜਾਬੀ ਮਾਂ ਬੋਲੀ ਦੇ ਵਾਸਤੇ ਵਰਤੀ ਗਈ ਸ਼ਬਦਾਵਲੀ ਦੇ ਪ੍ਰਤੀ ਬਹੁਤ ਰੋਹ ਹੈ ਤੇ ਉੱਥੇ ਕੁਝ ਵੀ ਹੋ ਗਿਆ ਤੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਇਸ ਕਰਕੇ ਤੁਸੀਂ ਇੱਥੇ ਨਾ ਆਓ ਤਾਂ ਚੰਗਾ ਉਸ ਤੋਂ ਬਾਅਦ ਵੀਰ ਸਿੰਘ ਨੇ ਸਲਾਹ ਕੀਤੀ ਕਿ ਜਿਆਦਾ ਮਜਬੂਰ ਕਰ ਰਹੇ ਨੇ ਜ਼ਰੂਰ ਆਉਣਾ ਤੇ ਕੀ ਕੀਤਾ ਜਾ ਸਕਦਾ ਤੇ ਉਸ ਲਈ ਮੈਂ ਇਹ ਗੱਲ ਕਹੀ ਸੀ ਔਰ ਵੀਰ ਸਿੰਘ ਨੇ ਬਕਾਇਦਾ ਇਹਨਾਂ ਦੇ بیٹے ਨੂੰ ਫੋਨ ਤੇ ਵੀ ਇਹ ਗੱਲ ਕਹੀ ਸੀ ਉਸ ਨੂੰ ਕਿਹਾ ਗਿਆ ਸੀ ਕਿ ਉਹ ਇੱਕ ਵੀਡੀਓ ਬਣਾ ਕੇ ਇਸ ਗੱਲ ਦੀ ਮਾਫੀ ਮੰਗੇ ਕਿ ਜਿਸ ਮਾਂ ਬੋਲੀ ਦਾ ਖੱਟਿਆ ਖਾਦਾ ਹੈ ਤੇ ਜਿਸ ਮਾਂ ਬੋਲੀ ਦੇ ਸਦਕਾ ਅੱਜ ਮੈਨੂੰ ਇਹ ਆਰਥਿਕ ਮਕਾਮ ਹਾਸਲ ਹੈ ਉਹਦੇ ਪ੍ਰਤੀ ਵਰਤੀ ਗਈ ਸ਼ਬਦਾਵਲੀ ਦੀ ਮੈਂ ਮਾਫੀ ਮੰਗਦਾ ਤੇ ਮੈਂ ਇੰਨੀ ਵੀ ਗਰੰਟੀ ਲਈ ਸੀ ਉਸ ਵੇਲੇ ਕਿ ਜੇਕਰ ਗੁਰਦਾਸ ਮਾਨ ਜਨਤਕ ਤੌਰ ਤੇ ਪੰਜਾਬੀ ਮਾਂ ਬੋਲੀ ਪ੍ਰਤੀ ਵਰਤੇ ਸ਼ਬਦਾਂ ਦੀ ਮਾਫੀ ਮੰਗ ਲੇ ਤਾਂ ਮੈਂ ਚਰਨਜੀਤ ਸੁਝੋ ਚਰਨਜੀਤ ਸਿੰਘ ਸੁਝੋ ਸਾਡਾ ਛੋਟਾ ਭਰਾ ਹੈ ਮੈਂ ਉਹਨੂੰ ਵੀ ਬੇਨਤੀ ਕਰ ਸਕਦਾ ਹਾਂ ਕਿ ਮਨੁੱਖ ਦੇ ਕੋਲੋਂ ਗਲਤੀ ਹੋ ਸਕਦੀ ਹੈ ਤੇ ਜੇਕਰ ਹੁਣ ਉਹ ਇਸ ਗੱਲ ਦੀ ਕਹਿ ਸਕਦੇ ਹੋ ਕਿ ਮਾਫੀ ਮੰਗਦੇ ਨੇ ਜਾਂ ਮਾਫੀ ਦੇ ਤਲਬਦਾਰ ਨੇ ਤਾਂ ਸਾਨੂੰ ਮਾਫ ਕਰ ਦੇਣਾ ਚਾਹੀਦਾ ਪਰ ਇਹਨਾਂ ਦੇ ਵੱਲੋਂ ਇਸ ਪਾਸੇ ਕੋਈ ਵੀ ਕਦਮ ਨਹੀਂ ਹਟਾਇਆ ਗਿਆ ਹਾਰਕੇ ਬੀਰ ਸਿੰਘ ਨੇ ਜਵਾਬ ਦੇ ਦਿੱਤਾ ਕਿ ਅਸੀਂ ਕੋਈ ਮਦਦ ਨਹੀਂ ਕਰ ਸਕਦੇ ਤੁਸੀਂ ਆਪਣੀ ਮਰਜ਼ੀ ਦੇ ਅਨਸਾਰ ਜੋ ਕਰਨਾ ਹੈ ਕਰੋ ਸੋ ਉਸ ਤੋਂ ਬਾਅਦ ਗੁਰਦਾਸਪਨ ਆਇਆ ਵੀ ਤੇ ਜੋ ਫਿਰ ਉੱਥੇ ਬਰਤਾਰਾ ਵਾਪਰਿਆ ਉਹ ਵੀ ਤੁਸੀਂ ਸਾਰੇ ਜਾਣਦੇ ਹੋ ਸੋ ਹੁਣ ਵੀ ਜਿਸ ਤਰ੍ਹਾਂ ਦੀ ਵੀਡੀਓ ਬਣਾਈ ਗਈ ਹੈ ਉਸ ਗੀਤ ਨੂੰ ਲੈ ਕੇ ਉਹਦੇ ਵਿੱਚ ਇਹ ਕੋਸ਼ਿਸ਼ ਨਹੀਂ ਕੀਤੀ ਗਈ ਕਿ ਜਿਹੜਾ ਲੋਕਾਂ ਦਾ ਮੇਰੇ ਪ੍ਰਤੀ ਰੋਹ ਹੈ ਉਹਨੂੰ ਸ਼ਾਂਤ ਕੀਤਾ ਜਾਵੇ ਸਗੋਂ ਕੋਸ਼ਿਸ਼ ਕੀਤੀ ਗਈ ਹੈ ਕਿ ਲੋਕਾਂ ਦੀਆਂ ਮਾਨਸਿਕਤਾ ਨੂੰ ਭੜਕਾਇਆ ਜਾਵੇ ਜਿਹੜੀ ਮੈਂ ਆਰੰਭ ਦੇ ਵਿੱਚ ਗੱਲ ਕਹੀ ਸੀ ਕਿ ਉਸ ਸਾਰੇ ਪ੍ਰਕਰਨ ਨੂੰ ਜੇਕਰ ਤੁਸੀਂ ਚੰਗੀ ਤਰ੍ਹਾਂ ਖੋਖਦੇ ਹੋ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਪ੍ਰਵੋਕ ਵੀ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸੈਲਫ ਜਸਟੀਫਾਈਂਗ ਦੀ ਗੱਲ ਵੀ ਕੀਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ इमोशनल ਬਲੈਕਮੇਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤੇ ਖਾਸ ਕਰਕੇ ਮੈਂ ਤਾਂ ਉਹਨਾਂ ਸਿੱਖ ਅਦਾਕਾਰਾਂ ਤੇ ਹੈਰਾਨ ਹੈ ਕਿ ਜਿਹੜੇ ਉਸ ਵੀਡੀਓ ਦਾ ਹਿੱਸਾ ਬਣੇ ਜਿਹੜੇ ਬਾਅਦ ਦੇ ਵਿੱਚ ਸ਼ਰਮ ਦੇ ਨਾਲ ਅੱਖਾਂ ਝੁਕਾ ਕੇ ਜਿਹੜੀਆਂ ਨੇ ਉਹਨਾਂ ਝੰਡੀਆਂ ਨੂੰ ਛੁੱਟਦੇ ਨੇ ਜਿਹੜੇ ਵਿਰੋਧ ਦੇ ਵਿੱਚ ਨੇ ਤੇ ਮੈਂ ਸੋਚਦਾ ਕਿ ਉਹਨਾਂ ਵੀਰਾਂ ਨੇ ਵੀ ਕੋਈ ਚੰਗਾ ਇੱਥੇ ਰੋਲ ਨਹੀਂ ਨਿਭਾਇਆ ਸੋ ਕੋਸ਼ਿਸ਼ ਤਾਂ ਅਜੇ ਵੀ ਗੁਰਦਾਸ ਮਾਨ ਨੂੰ ਇਹ ਕਰਨੀ ਚਾਹੀਦੀ ਹੈ ਕਿ ਜਿਹੜਾ ਪੰਜਾਬ ਦੀ ਪੰਥਕ ਵਿਚਾਰਧਾਰਾ ਪੰਥਕ ਤੌਰ ਤੇ ਜਿਉਂਦੇ ਜਜਬਾਤਾਂ ਦੀ ਮਾਲਕ ਹੈ ਉਹ ਗੁਰੂਦੇਵ ਪਾਤਸ਼ਾਹ ਦੇ ਉਪਦੇਸ਼ ਨੂੰ ਵੀ ਆਪਣੇ ਮਨ 'ਚ ਵਸਾ ਕੇ ਰੱਖਦੀ ਹੈ ਕਿ ਜੋ ਸ਼ਰਨ ਆਏ ਤਿਸ ਕੰਠ ਲਾਏ ਪਰ ਉਸ ਅਵਸਥਾ ਦੇ ਵਿੱਚ ਜਾਂ ਫਿਰ ਦੁਬਾਰਾ ਇਸ ਪੰਥਕ ਪੜ ਦੇ ਵਿੱਚ ਜਾਂ ਪੰਜਾਬੀਅਤ ਦੀ ਜਿਹੜੀ ਸੱਚੀ ਸੁੱਚੀ ਵਿਚਾਰਧਾਰਾ ਹੈ ਜੇਕਰ ਉਹਦੇ ਕੰਠ ਲਾਉਣ ਦੇ ਵਾਲੇ ਪਾਸੇ ਤੁਰਨਾ ਤਾਂ ਫਿਰ ਤੁਹਾਨੂੰ ਖੁੱਲੇ ਦਿਲ ਦੇ ਨਾਲ ਮਾਫੀ ਮੰਗਣੀ ਚਾਹੀਦੀ ਹੈ ਔਰ ਇਹ ਗੱਲ ਸਰਕਾਰ ਨਹੀਂ ਚਾਹੀਦੀ ਹੈ ਕਿ ਤੁਹਾਡੇ ਕੋਲੋਂ ਮਾਂ ਬੋਲੀ ਦੇ ਪ੍ਰਤੀ ਅਪਰਾਧ ਹੋਇਆ ਸੋ ਬੋਲੀ ਦੇ ਉੱਪਰ ਬਹੁਤ ਕੁਝ ਬੋਲਿਆ ਜਾ ਸਕਦਾ ਪਰ ਫਿਰ ਹਾਲ ਇਹ ਕੁਛ ਇੱਕ ਹੱਡ ਬੀਤੀਆਂ ਤੇ ਕੁਛ ਹੈ ਜਿਹੜੀਆਂ ਵੀਡੀਓ ਦੇ ਬਾਰੇ ਗੱਲਾਂ ਇਹ ਮੈਂ ਤੁਹਾਡਾ ਸਾਂਝੀਆ ਕਰਨਾ ਚਾਹੁੰਦਾ ਸੀ ਸੋ ਇਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ